ਗਲੀ ਚ ਜਾ ਰਹੀ ਸੀ, ਇਹ ਬੰਦਾ ਉਹਦੇ ਨਾਲ ਜ਼ਬਰਦਸਤੀ ਧੱਕਾ ਕਰ ਰਿਹਾ ਸੀ। ਉਹਨੇ ਕੁੜੀ ਨੇ ਚੀਕ ਮਾਰੀ, ਫਿਰ ਸਾਰਾ ਮੱਲਾ ਬਾਹਰ ਨਿਕਲਿਆ। ਉਹਨਾਂ ਨੇ ਦੱਸਿਆ ਵੀ ਏਦਾਂ ਕਰਕੇ ਮੇਰੇ ਨਾਲ ਜ਼ਬਰਦਸਤੀ, ਹਾਂਜੀ ਕਿਹੜੀ ਜਗ੍ਹਾ ਸੀ? ਸੇਖੇ ਪਿੰਡ, ਆਹ ਗਲੀ ਸਾਹਮਣੇ ਨਾਲ ਹੀ ਨਹੀਂ ਗਲੀ ਹੈ ਜੀ, ਵੈਸੇ ਰੋਡ ਹੈ, ਬੰਦਾ ਬੱਚੀ ਰੋਜ਼ ਜਾਂਦੀ ਹੈ, ਉਹ ਸਕੂਲੇ ਪੜ੍ਹਦੀ ਹੈ, ਉਹ ਰੋਜ਼ ਜਾਂਦੀ ਗਲੀ ਦੇ ਵਿੱਚੋਂ ਕੱਲੀ ਕੋਈ। ਹਾਂਜੀ ਤੇ ਇੱਥੇ ਕੀ ਕਰਦਾ ਸੀ? ਕਿੱਥੇ ਸੇਵਾ ਕਰਨ ਆਇਆ ਸੀ? ਛੇੜਛਾੜ ਹੋ ਗਈ, ਮੈਨੂੰ ਪਤਾ ਨੀ ਲੱਗਾ ਕੀ ਹੋ ਦਰਬਾਰ ਸਾਹਿਬ ਆਏ ਸੀ ਕੀ ਕਰਨ ਆਏ ਸੀ? ਸੇਵਾ ਕਰਨੀ ਬਚਪਨ ਤੋਂ ਪਹਿਲਾਂ ਦੂਜਾ ਪਾਣਾ ਪੈ ਗਿਆ, ਨਸ਼ਾ ਕਾਹਦਾ ਕੀਤਾ ਸੀ? ਸਰ ਅਚਾਨਕ ਆਵਾਜ਼ ਸੁਣਾਈ ਦਿੱਤੀ ਚੀਕਾਂ ਦੀ, ਉਹ ਲੇਡੀਜ਼ ਖੜੇ ਆ ਸਾਡੇ, ਮੇਰੇ ਵਾਈਫ ਖੜੀ ਆ ਨਾਲ, ਲੇਡੀਜ਼ ਖੜੀ ਆ, ਉਹਨਾਂ ਦੀ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੇ ਤੇ ਛੋਟੀ ਜੀ ਕੁੜੀ ਹੈ ਸਾਡੇ ਪਿੰਡ ਦੀ, ਗਲੀ ਚ ਜਾ ਰਹੀ ਸੀ, ਇਹ ਬੰਦਾ ਉਹਦੇ ਨਾਲ ਜ਼ਬਰਦਸਤੀ ਧੱਕਾ ਕਰ ਰਿਹਾ ਸੀ। ਉਹਨੇ ਕੁੜੀ ਨੇ ਚੀਕ ਮਾਰੀ, ਫਿਰ ਸਾਰਾ ਮੱਲਾ ਬਾਹਰ ਨਿਕਲਿਆ। ਉਹਨਾਂ ਨੇ ਦੱਸਿਆ ਵੀ ਏਦਾਂ ਕਰਕੇ ਮੇਰੇ ਨਾਲ ਜ਼ਬਰਦਸਤੀ, ਹਾਂਜੀ ਕਿਹੜੀ ਜਗ੍ਹਾ ਸੀ? ਸੇਖੇ ਪਿੰਡ, ਆਹ ਗਲੀ ਸਾਹਮਣੇ ਨਾਲ ਹੀ। ਨਹੀਂ ਗਲੀ ਹੈ ਜੀ, ਵੈਸੇ ਰੋਡ ਹੈ, ਬੰਦਾ ਬੱਚੀ ਰੋਜ਼ ਜਾਂਦੀ ਹੈ, ਉਹ ਸਕੂਲੇ ਪੜ੍ਹਦੀ ਹੈ, ਉਹ ਰੋਜ਼ ਜਾਂਦੀ ਗਲੀ ਦੇ ਵਿੱਚੋਂ ਕੱਲੀ ਕੋਈ। ਹਾਂਜੀ ਕੱਲੀ ਜਾ ਰਹੀ ਸੀ, ਇਹ ਬੰਦੇ ਨੇ ਉਹਨੂੰ ਪਿੱਛੋਂ ਦੀ ਏਦਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਹਨੇ ਹੋਲਾ ਪਾਇਆ, ਫਿਰ ਸਾਰੇ ਇਕੱਠੇ ਹੋਏ, ਅਸੀਂ ਆਏ, ਮੈਂ ਪੁੱਛਿਆ, ਮੈਂ ਕਹਿੰਦਾ ਮੈਂ ਕੁਛ ਨੀ ਕਰਦਾ ਕੁਛ ਨੀ ਕਰਦਾ। ਜਦੋਂ ਇਹਨੂੰ ਮਾਰਿਆ ਕੁੱਟਿਆ ਗਿਆ, ਫਿਰ ਇਹਨੇ ਦੱਸਿਆ, ਕਹਿੰਦਾ ਹਾਂਜੀ ਮੈਂ ਫੜ ਲੂੰਗਾ, ਮੈਂ ਫੜ ਕੇ ਜ਼ਬਰਦਸਤੀ ਕਰ ਲੂੰਗਾ। ਬੱਚੀ ਤਕਰੀਬਨ 14-15 ਸਾਲ ਦੀ ਹੈ ਜੀ। ਸਰ ਨਸ਼ਾ ਵਗੈਰਾ ਕੀਤਾ ਜੀ? ਇਹਨਾਂ ਦਾਰੂ ਵੀ ਪੀਤੀ ਆ, ਹੋਰ ਵੀ ਕੁਛ ਖਾਧਾ। ਸਰਜਨ ਸਿੰਘ ਨਾਂ ਰੱਖੀ ਬੈਠਾ, ਕੋਈ ਲਖਨਊ ਇੱਥੋਂ ਦਾ ਨੀ ਹੈਗਾ ਜੀ, ਪੰਜਾਬ ਦਾ ਇਹ। ਹਾਂਜੀ ਕੁਛ ਨੀ ਦੱਸ ਰਿਹਾ ਜੀ, ਇਹਦੇ 2 ਨੰਬਰ ਫੋਨ ਤੋਂ ਨਿਕਲੇ ਆ, ਫੋਨ ਨੰਬਰ ਅਸੀਂ ਉਹਨਾਂ ਨਾਲ ਵੀ ਕੰਟੈਕਟ ਕੀਤਾ, ਉਹ ਜਾਣ ਬੁੱਝ ਕੇ ਕਹਿ ਰਹੇ ਆ ਜੀ ਅਸੀਂ ਨੀ ਇਹਨੂੰ ਜਾਣਦੇ, ਅਸੀਂ ਨੀ ਜਾਣਦੇ। ਉਹ ਵੀ ਇਹਦੇ ਨਾਲ ਸੀ, ਪਰਸੋਂ ਤੋਂ ਫਿਰ ਰਹੇ ਆ 3 ਜਾਣੇ ਇਹ ਗਲੀ ਚ।
ਬੱਚੀ ਤੁਹਾਡੇ ਆਪਣੇ ਘਰ ਦੀ? ਬੱਚੀ ਸਾਡੇ ਗਵਾਂਢੀਆਂ ਦੀ ਹੈ ਜੀ। स्कूल से आ रही आदर्श करीम बाबा ने जबरदस्ती उसको पकड़ने का पकड़ रहा। उसके बाद वो बोली कि उसको सोचा कि रास्ता छोटा है तो बाबा थोड़ा सा ऐसा टच हो गया हुए, फिर बाहर पकड़ने दिया तो मेरी कुड़ी ने दुपट्टा छोड़ के खंती में कूद गई। जब खंती में कूद गई तो उसका जान बचा, किसी ने देख रहा ये लड़की का नहीं नहीं छेड़ रहा ये। वो दौड़ के आया, बाबा का दौड़ाया, कुड़ी के साथ में बाहर निकाल के किया खड़ी किया। उसके बाद बाबा का दौड़ाया कि सारी पब्लिक जब तक इकट्ठा हो गई, 3 बजे की बात है, फिर बाबा को फोड़ के अभी तक रखे पुलिस अभी नहीं है, बताओ। पुलिस को फोन किया गया, कोई पुलिस सुनवाई नहीं कर रही, करवाने की सारी पब्लिक फोड़ के रखी है, पुलिस कुछ नहीं कर रही। 14-15-16 साल की हो गई। कहाँ से आ रही, कहाँ जा रही? कॉलेज से आ रही। स्कूल कॉलेज स्कूल से घर आ रही 3 बजे। इसके साथ कोई और भी नहीं, अकेला ही था बंदा? ये अकेला था। और इसने नशा किया हुआ? ये नशा करके बाबा ने पहले आज से साथ में जा रहा उसको जब भी पाने का कोशिश किया। तो आपकी बच्ची सुरक्षित है? हाँ, सारी पब्लिक ने पकड़ लिया, मेरी कुड़ी ने सुरक्षित है, बस इसको कड़ी से कड़ी सजा देने जाए ऐसे बाबा का, इसको कड़ी से कड़ी सजा देने जाए, जहाँ पे ऐसे बाबा मिले उनको बाबा के नाम पर गिरफ्तार करा जाए, बाबा के नाम पर। मैं कृष्णा देवी। की होया आंटी ते किथे होया? ਇੱਥੇ ਛੇਤੇ ਬੋਲਤੇ ਗੁੜੀਆ ਆ ਰਹੀ ਸੀਗੀ ਆਟੋ ਦੇ ਵਿੱਚ ਪੜ ਕੇ ਕਾਲਜ ਤੋਂ, ਉਹ ਇੱਥੇ ਉਤਰੀ ਤੇ ਜਾ ਰਹੀ ਸੀ, ਮਗਰ ਉਹ ਸਾਧ ਜਿਹਾ ਚਲੇ ਗਿਆ। ਉਹਨੇ ਕੁੜੀਆਂ ਨੇ ਕਿਹਾ ਵੀ ਬਾਬਾ ਜਾ ਕੇ ਪਿੱਛੇ ਜਾ ਜਾ ਅੱਗੇ ਹੋ ਜਾ, ਉਹ ਕਹਿੰਦਾ ਉਹ ਨਾਲ ਹੀ ਨਾਲ ਤੁਰੀ ਗਿਆ। ਉੱਥੇ ਜਾ ਕੇ ਉਹਦੀ ਉੱਦਾਂ ਚੁੰਨੀ ਖਿੱਚ ਲਈ, ਉਹਨੇ ਪਤਾ ਲੱਗ ਗਿਆ ਉਹਨੂੰ ਮੈਨੂੰ ਛੇੜ ਨਾ ਲੱਗੋ, ਨੱਟ ਗਏ ਨਾਲ ਦੇ ਘਰ ਵਾਲਿਆਂ ਨੇ ਚੱਲੀ, ਉਹਨਾਂ ਨੇ ਜਾ ਕੇ ਇਹਨੂੰ ਫੜਿਆ, ਉਹਨੇ ਰੋਲਾ ਪਾਇਆ ਫਿਰ ਫੜਿਆ। ਇੱਥੇ ਕੋਈ ਸੇਫਟੀ ਨਹੀਂ ਹੈਗੀ, ਕੋਈ ਇੱਥੇ ਕੁੜੀਆਂ ਨੂੰ ਇੰਨਾ ਛੇੜਦੇ, ਕੁੜੀਆਂ ਦੀ ਇੱਥੇ ਕੋਈ ਸੇਫਟੀ ਨਹੀਂ ਹੈਗੀ। ਬੰਦਾ ਪਤਾ ਨੀ ਕੌਣ ਹੈ, ਬਾਹਰਲਾ ਹੀ ਆ ਕੋਈ। ਹਾਂਜੀ, ਇਹਨੇ ਅੰਗ ਬਾਣੇ ਨੂੰ ਵੀ ਇਹਨਾਂ ਨੇ ਬਦਨਾਮ ਕੀਤਾ, ਇਹਨੇ ਸ਼ਰਾਬ ਪੀਤੀ, ਨਸ਼ਾ ਬਹੁਤ ਕੀਤਾ। ਇੱਥੇ ਕਿਸੇ ਜਨਾਨੀ ਦੀ ਕੋਈ ਸੇਫਟੀ ਨੀ, ਇੱਥੇ ਇੱਡਾ ਘੇਰ ਲੈਂਦੇ, ਦਿਨੇ ਇੱਥੇ ਵਾਰਦਾਤਾਂ ਹੁੰਦੀਆਂ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 2:30 ਵਜੇ ਦੀ ਘਟਨਾ ਹੈ। ਪੁਲਿਸ ਨੂੰ ਉਦੋਂ ਦਾ 2:30 ਵਜੇ ਦਾ ਫੋਨ ਕੀਤਾ, 6 ਵਜੇ ਹਲੇ ਤੱਕ ਕੋਈ ਨੀ ਆਇਆ। ਉਹ ਸਾਨੂੰ ਪੁੱਛਣ ਤੁਸੀਂ ਮੌਕਾ ਨਹੀਂ ਦੇ ਰਹੇ ਕਿ ਕੀ ਕਰਦੇ ਆ ਸਾਨੂੰ ਪਤਾ ਕਿ ਉਸਨੇ ਕਿਹਾ ਕਿ ਉਹਨੇ ਸ਼ਰਾਬ ਪੀਤੀ, ਗਲਤੀ ਹੋਈ ਹੈ ਇਸੀ ਨੂੰ ਲੜਕੀ ਦਾ, ਉਹ ਤੇ ਤੁਸੀਂ ਆਪ ਕਹਿ ਰਹੇ ਹੋ ਨਸ਼ਾ ਕੀਤਾ ਹੋਇਆ। ਉਹ ਕਹਿੰਦਾ ਮੈਂ ਨਸ਼ੇ ਦੇ ਵਿੱਚ ਆ ਗਿਆ, ਤਾਂ ਮੈਨੂੰ ਨਹੀਂ ਪਤਾ ਲੱਗਾ ਛੇੜ ਕਰਨੀ ਹੋਈ ਹੈ ਕਿ ਇਸੀ ਤੇ ਨਸ਼ਾ ਕੀਤਾ ਜੀ। ਉਹਨੂੰ ਪੁੱਛ ਲਓ ਉਹ ਯਾਰ ਠਹਿਰੋ ਤੁਸੀਂ ਸਾਨੂੰ। ਚਲੋ ਯਾਰ ਮਾਮਲਾ ਜੀ ਆਪਣੇ ਨਾ ਸ਼ਾਮ ਵਾਈਫ ਆਫ ਰਾਜ ਕੁਮਾਰ ਨੇ ਦੱਸਿਆ ਕਿ ਮੇਰੀ ਲੜਕੀ ਨੀਤੂ ਜਿਹੜੀ ਹੈ ਪੜ੍ਹ ਕੇ ਆਉਂਦੀ ਸੀ ਇੱਥੇ ਆਟੋ ਤੋਂ ਉਤਰੀ। ਨਾਮ ਨਹੀਂ ਲੈਣਾ ਕੁੜੀ ਦਾ, ਬਾਲਕ ਹੈ ਕੁੜੀ, ਨਹੀਂ ਨਾਮ ਲੈਣਾ ਕੁੜੀ ਦਾ। ਆਪਣੇ
ਰਾਜਕੁਮਾਰ ਨੇ ਤੇ ਇਹਦੀ ਘਰ ਵਾਲੀ ਨੇ ਇਹਨਾਂ ਦੱਸਿਆ ਵੀ ਸਾਡੀ ਲੜਕੀ ਪੜ੍ਹ ਕੇ ਆਉਂਦੀ ਸੀ ਇੱਥੇ ਆਟੋ ਤੋਂ ਉਤਰੀ ਆ ਤੇ ਇਹ ਜਿਹੜਾ ਗੁਰਚਰਨ ਆ ਇਹ ਸ਼ਰਾਬੀ ਹਾਲਤ ਚ ਇੱਥੇ ਘੁੰਮਦਾ ਸੀ ਤੇ ਇਹਨੇ ਲੜਕੀ ਦੇ ਮਗਰ ਤੁਰ ਪਿਆ ਉਹਨੂੰ ਕੋਈ ਚੰਗਾ ਬੰਦਾ ਕਿਹਾ ਇਹਨੇ ਸਰ ਉਹਨਾਂ ਦਾ ਕਹਿ ਰਿਹਾ ਕੁੜੀ ਨਾਲ ਛੇੜਬੰਨੀ ਵੀ ਕੀਤੀ ਗਈ ਹੈ ਕੁੜੀ ਨਾਲ ਛੇੜਬੰਨੀ ਹੋਈ ਹੈ ਅੱਛਾ ਚੱਕ ਕੇ ਲੈ ਜਾਣਾ ਫੇਰ ਕਰਦੇ ਆਪਾਂ ਇਹ ਕਿੱਥੇ ਦਾ ਰਹਿਣ ਵਾਲਾ ਹੈ ਕਿੱਥੇ ਦਾ ਰਹਿਣ ਵਾਲਾ ਇਹ ਕਹਿੰਦਾ ਮੈਂ ਯੂਪੀ ਦਾ ਰਹਿਣ ਵਾਲਾ ਆ ਤੇ ਇਧਰ ਮੱਥਾ ਟੇਕਣ ਆਇਆ ਹੈ ਦਰਬਾਰ ਸਾਹਿਬ ਤੋਂ ਉਸ ਤੋਂ ਬਾਅਦ ਮੈਂ ਘੁੰਮਦਾ ਤਾਂ ਇਹ ਨਿਹੰਗਾ ਵਾਲੇ ਕੱਪੜੇ ਪਾਏ ਹੋਏ ਹਾਂ ਕੱਪੜੇ ਨਿਹੰਗਾ ਵਾਲੇ ਪਾਏ ਹੋਏ ਬਾੜਾ ਪਾਇਆ ਹੋਇਆ ਤੇ ਇਹਨੇ ਨਸ਼ਾ ਕਿਹਾ ਕੀਤਾ ਨਸ਼ਾ ਉਹ ਕਹਿੰਦਾ ਮੈਂ ਡਰਿੰਕ ਕੀਤੀ ਆ ਦੋ ਤਿੰਨ ਲੇਡੀ ਸਾਹਿਬ ਵੀ ਕਹਿ ਰਹੇ ਆ ਪਿੱਛੇ ਆਦਮਪੁਰ ਦੇ ਵਿੱਚ ਵੀ ਲੜਕੀ ਦੇ ਨਾਲ ਛੇੜਖਾਨੀ ਕਰਕੇ ਆਇਆ ਇਹਦੇ ਬਾਰੇ ਵੀ ਉਹ ਦੱਸੋ ਕਹਿੰਦਾ ਨਹੀਂ ਮੈਂ ਉਧਰ ਨਹੀਂ ਗਿਆ ਸਰ ਪਿਛਲੇ 4 ਘੰਟਿਆਂ ਦਾ ਕਿਹੜਾ ਮਾਮਲਾ ਪੁਲਿਸ ਹੁਣ ਆਂਦੀ ਪਈ ਆ ਉਸ ਤੋਂ ਉਹਨਾਂ ਦੇ ਮਾਪਿਓ ਨਾਲ ਤੁਸੀਂ ਕਹਿ ਰਹੇ ਹੋ ਕਿਹੜਾ ਹਾਂ ਵੀ ਲੜਕੀ ਨੂੰ ਤੁਸੀਂ ਤੋਹੀ ਇਹਨਾਂ ਨੂੰ ਕੁੱਟਿਆ ਕਿਉਂ ਜਿਸ ਦੇ ਵਿੱਚ ਕਿਸੇ ਮਾਪਿਓ ਦੀ ਕੁੜੀ ਨੂੰ ਛੇੜੋਗੇ ਤੇ ਉਸ ਦਾ ਕੀ ਹੋ ਯਾਰ ਮਤਲਬ ਕਹਿਣ ਦਾ ਵੀ ਇੰਨਾ ਵੀ ਨਾ ਉਹ ਦੇਖੋ ਨਾ ਜ਼ਖਮੀ ਜ਼ਿਆਦਾ ਹੋਇਆ ਪਿਆ ਆ ਕੋਈ ਸੱਟ ਮੇ ਨਾ ਚਾਹੀ 4 ਘੰਟੇ ਤੁਸੀਂ ਆਪ ਲੇਟ ਆਏ 4 ਘੰਟੇ ਅਸੀਂ ਲੇਟ ਆ ਮੇਰੀ ਗੱਲ ਤੋਂ ਸਾਡੇ ਕੋਲ ਪਹਿਲਾਂ ਹੋਰ ਕੰਪਲੇਂਟ ਸੀ ਅਸੀਂ ਉਧਰ ਗਏ ਸੀ ਠੀਕ ਨਹੀਂ ਪਬਲਿਕ ਚ ਹੋਈ ਹੈ ਤਾਂ ਲੇਟ ਚਲੋ ਕੋਈ ਅਸੀਂ ਕੰਪਲੇਂਟ ਸਾਡੇ ਮਾਮਲੇ ਦੀ ਲੇਟ ਨੈਕਸਟ ਵੀ ਕਰਦਾ ਕਰਦੇ ਬੁਲਾਉਂਦੇ ਆਈਓ ਨੂੰ ਠੀਕ ਹੈ ਨਾ ਉਹ ਆਪੇ ਮਾਮਲਾ ਧਿਆਨ ਚ ਲਿਆ ਦਾਂਗੇ ਚਲੋ।